ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਮਹਾਂਵਾਕਾਂ ਦੇ ਅਨੁਸਾਰ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੀ 14 ਮਾਰਚ ਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ, ਜਿਸ ਵਿੱਚ ਦੁਨੀਆ ਭਰ ਦੇ ਸਿੱਖਾਂ ਵੱਲੋਂ ਇੱਕ ਸੰਸਥਾ ਬਣਾਈ ਗਈ ਜਿਸ ਦਾ ਨਾਮ ਹੈ ਈਕੋ ਸਿੱਖ, ਜੋ ਕਿ ਗੁਰੂ ਮਹਾਰਾਜ ਜੀ ਦੇ ਉਪਦੇਸ਼ ਉੱਤੇ ਪਹਿਰਾ ਦਿੰਦੀ ਹੈ, ਜੋ ਕਿ ਸਾਂਭ ਸੰਭਾਲ ਕਰਦੀ ਹੈ ਆਪਣੀ ਕੁਦਰਤ ਦੀ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਨੇ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਸੋ ਇਸ ਉੱਤੇ ਪਹਿਰਾ ਦਿੰਦੇ ਹੋਏ ਗੁਰਦੁਆਰਾ ਮੀਰੀ ਪੀਰ ਦੇ ਨੌਜਵਾਨਾਂ ਵੱਲੋਂ ਆਉਣ ਵਾਲੇ ਐਤਵਾਰ 19 ਮਾਰਚ ਨੂੰ ਈਕੋ ਸਿੱਖ ਡੇ ਮਨਾਇਆ ਜਾ ਰਿਹਾ। ਉੱਥੇ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਸਾਡੇ ਗੁਰੂ ਸਾਹਿਬ ਦਾ ਪ੍ਰਕਿਰਤੀ ਨੂੰ ਸਾਂਭਣ ਵਾਸਤੇ, ਵਾਤਾਵਰਨ ਨੂੰ ਸਾਂਭਣ ਵਾਸਤੇ ਸਾਨੂੰ ਕੀ ਸੰਦੇਸ਼ ਸੀ। ਮਹਾਰਾਜ ਦੀ ਦਾਤਾਂ ਦਾ ਸਾਂਝ ਪਾਈਏ ਅਤੇ ਵਿਚਾਰੀਏ ਮਹਾਰਾਜ ਦੀ ਬਖਸ਼ਿਸ਼ਾਂ ਨੂੰ। ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਕੇ ਸੰਬੰਧੀਆਂ ਨੂੰ ਲੈ ਕੇ ਆਉਣਾ ਅਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਵਿੱਦਿਆ ਨੂੰ, ਗੁਰੂ ਸਾਹਿਬ ਦੇ ਬਖਸ਼ੇ ਹੋਏ ਸੰਦੇਸ਼ ਨੂੰ ਗ੍ਰਹਿਣ ਕਰਨਾ। 19 ਮਾਰਚ ਨੂੰ 61 ਵਿੰਟਰ ਸਨ ਡਰਾਈਵ ਐਲਬਨ ਵੇਲ, ਸਾਰੀ ਸਮੂਹ ਸੰਗਤ ਨੂੰ ਬੇਨਤੀ ਆ ਕਿ ਜ਼ਰੂਰ ਪਹੁੰਚੋ ਆਪਣੇ ਪਰਿਵਾਰ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।